ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਮਾਰਚ 2024 ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਾਂਜੀ ਕਰੰਟ ਅਫੇਅਰ ਹਰੇਕ ਐਗਜ਼ਾਮ ਦੇ ਪੁਆਇੰਟ ਆਫ View ਤੋਂ ਕਾਫੀ ਹੀ ਇੰਪੋਰਟੈਂਟ ਟਾਪਿਕ ਆ ਤੇ ਹਰੇਕ ਐਗਜ਼ਾਮ ਦੇ ਵਿੱਚ 5 ਤੋਂ 6 MCQ ਕਰੰਟ ਅਫੇਅਰ ਦੇ ਪੁੱਛੇ ਜਾਂਦੇ ਆ ਤੇ ਕੋਈ एग्जाम ਦੇ ਵਿੱਚ 7 ਤੋਂ 8 ਵੀ ਦੇਖੇ ਗਏ ਆ ਕਿਉਂਕਿ கரنٹ ਅਫੇਅਰ ਦੇ ਵਿੱਚ ਹੀ ਇੱਕ ਇੰਪੋਰਟੈਂਟ ਟਾਪਿਕ ਕਵਰ ਹੁੰਦਾ ਵਾ ਸਾਇੰਸ ਐਂਡ ਟੈਕਨੋਲੋਜੀ ਸਾਇੰਸ ਐਂਡ ਟੈਕਨੋਲੋਜੀ ਦੇ ਨਾਲ ਰਿਲੇਟਡ ਜੋ ਵੀ ਕਰੰਟ ਮੁੱਦੇ ਚੱਲਦੇ ਨੇ ਸਾਡੇ ਭਾਰਤ ਦੇ ਵਿੱਚ ਜਾਂ ਭਾਰਤ ਦੇ ਗੁਆਂਢੀ ਦੇਸ਼ਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਵੀ ਐਮਸੀਕਿਊ ਪੁੱਛ ਲਈ ਜਾਂਦੇ ਆ ਉਸ ਦੇ ਨਾਲ ਕਰੰਟ ਅਫੇਅਰ ਦੇ ਜਿਹੜੇ ਐਮਸੀਕਿਊ ਆ ਕਿਸੇ ਨਾ ਕਿਸੇ ਟਾਪਿਕ ਦੇ ਵਿੱਚ 7 ਤੋਂ 8 ਵੀ ਦੇਖੇ ਜਾਂਦੇ ਆ ਤੇ ਇਹ ਇੱਕ ਬਹੁਤ ਇੰਪੋਰਟੈਂਟ ਟਾਪਿਕ ਆ ਬਾਕੀ ਹੋਰ ਕੋਈ ਜੇ ਕੋਈ ਟਾਪਿਕ ਅਸੀਂ ਦੇਖਦੇ ਆ ਜੀਕੇ ਦੇ ਵਿੱਚ ਦੇਖੀ ਇੰਡੀਅਨ ਪੋਲੀਟੀ ਦੇਖੇ ਇੱਕ ਜਾਂ ਦੋ ਨੰਬਰ ਦੇ ਸਾਮ ਆਉਂਦੇ ਆ ਹਰੇਕ ਟਾਪਿਕ ਦੇ ਵਿੱਚੋਂ ਕਿਸੇ ਵੀ ਟਾਪਿਕ ਦੇ ਵਿੱਚੋਂ 5 ਤੇ 6 ਐਮਸੀਕਿਊ ਨਹੀਂ ਸਾਨੂੰ ਦੇਖਣ ਨੂੰ ਮਿਲਦੇ ਪਰ ਕਰੰਟ ਅਫੇਅਰ ਬਹੁਤ ਇੰਪੋਰਟੈਂਟ ਆ ਜਿਸ ਤੋਂ 5 ਤੋਂ 6 ਐਮਸੀਕਿਊ ਦੇਖਣ ਨੂੰ ਮਿਲਦੇ ਆ ਤੇ ਨਾਲ ਦੀ ਨਾਲ ਸਾਡੀ ਡੇਲੀ ਲਾਈਫ ਦੇ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਸਾਨੂੰ ਆਸ-ਪਾਸੇ ਦਾ ਬਹੁਤ ਪਤਾ ਲੱਗਦਾ ਕਰੰਟ ਅਫੇਅਰ ਦੇ ਨਾਲ ਕਰੰਟ ਅਫੇਅਰ ਟਾਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਟਾਪਿਕ ਆ ਸੋ ਇਸ ਨੂੰ एग्जाम ਦੇ ਪੁਆਇੰਟ ਆਫ View ਤੋਂ ਵੀ ਤੇ ਸਾਡੀ ਜਿਹੜੀ ਡੇਲੀ ਦੀ ਲਾਈਫ ਹੈ ਉਸ ਦੇ ਪੁਆਇੰਟ ਆਫ View ਤੋਂ ਵੀ ਕਦੇ ਵੀ ਸਕਿਪ ਨਾ ਕਰਿਆ ਕਰੋ ਕਰੰਟ ਅਫੇਅਰ ਨਾਲ ਤੁਹਾਡੀ ਤਾਂ ਤੁਹਾਨੂੰ ਆਪਣੇ ਆਪ ਡੇ ਬਾਏ ਡੇ ਪਤਾ ਲੱਗੂਗਾ ਜਦੋਂ ਤੁਸੀਂ ਸਵੇਰ 7 ਵਜੇ ਵਾਲੀ ਕਲਾਸ ਡੇਲੀ ਲਗਾਉਂਗੇ ਕਰੰਟ ਅਫੇਅਰ ਦੀ ਤਾਂ ਅੱਜ ਅਸੀਂ ਮਾਰਚ 2024 ਦੇ ਨਾਲ ਰਿਲੇਟਡ ਜਿੰਨੇ ਵੀ ਮੈਂ ਤੁਹਾਨੂੰ ਇੰਪੋਰਟੈਂਟ ਐਮਸੀਕਿਊ ਕਰਵਾਏ ਆ ਉਹਨਾਂ ਦੇ ਵਿੱਚੋਂ ਸਿਲੈਕਟਿਡ ਜੇ ਐਮਸੀਕਿਊ ਲਈ ਆ ਮੈਂ ਜਿਹੜੇ ਕਿ ਐਗਜ਼ਾਮ ਦੇ ਪੁਆਇੰਟ ਆਫ View ਤੋਂ ਕਾਫੀ ਹੀ ਜ਼ਿਆਦਾ ਇੰਪੋਰਟੈਂਟ ਬਣ ਸਕਦੇ ਆ ਤੇ ਉਹ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੋਸ਼ਨ ਨੰਬਰ 1 ਇਸਰੋ ਚੰਦਰਮਾ ਤੋਂ ਚਟਾਨਾਂ ਦੇ ਟੁਕੜੇ ਲਿਆਉਣ ਲਈ 2028 ਦੇ ਵਿੱਚ ਕਿਹੜਾ ਮਿਸ਼ਨ ਤਿਆਰ ਕਰੇਗਾ ਹਾਂਜੀ ਇਸਰੋ ਚੰ드ਰਮਾ ਤੋਂ ਚਟਾਨਾਂ ਦੇ ਟੁਕੜੇ ਲਿਆਉਣ ਲਈ 2028 ਦੇ ਵਿੱਚ ਚੰ드ਰੀਆਨ 4 ਮਿਸ਼ਨ ਨੂੰ ਲਾਂਚ ਕਰੇਗਾ অপਸ਼ਨ B ਇਸ ਆ ਰਾਈਟ ਆਨਸਰ ਇਸ ਤੋਂ ਇਲਾਵਾ ਤੁਹਾਨੂੰ ਐਗਜ਼ਾਮ ਦੇ ਵਿੱਚ ਇਹ ਵੀ ਆ ਸਕਦਾ ਕਿ ਚੰ드ਰੀਆਨ 4 ਕਿਹੜੇ ਸਾਲ ਲਾਂਚ ਕੀਤਾ ਜਾਵੇਗਾ ਤਾਂ 2028 ਦੇ ਵਿੱਚ ਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਿਸੇ ਵੀ ਤਰ੍ਹਾਂ ਤੁਹਾਨੂੰ ਖਮਾਫਰਾ ਕੇ ਪੁੱਛਿਆ ਜਾ ਸਕਦਾ ਇਸਰੋ ਭਾਰਤ ਦੀ ਸਪੇਸ ਏਜੰਸੀ ਦਾ ਨਾਮ ਆ ਜਿਸ ਦੀ ਫੁੱਲ ਫਾਰਮ ਆ ਇੰਡੀਅਨ ਸਪੇਸ ਰਿਸਰਚ ਐਂਡ ਆਰਗੇਨਾਈਜੇਸ਼ਨ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਹਾਲ ਹੀ ਵਿੱਚ ਚੋਣ ਕਮਿਸ਼ਨ ਨੇ ਮੇਰਾ ਪਹਿਲਾ ਵੋਟ ਦੇਸ਼ ਦੇ ਨਾਮ ਮੋਹਮ ਕਿਸ ਨਾਲ ਸ਼ੁਰੂ ਕੀਤੀ ਹਾਂਜੀ ਚੋਣ ਕਮਿਸ਼ਨ ਨੇ ਰੀਸੈਂਟਲੀ ਇੱਕ ਮੋਹਮ ਸ਼ੁਰੂ ਕੀਤੀ ਹੈ ਇੱਕ ਸਕੀਮ ਸ਼ੁਰੂ ਕੀਤੀ ਹੈ ਜਿਸ ਦਾ ਨਾਮ ਹੈ ਮੇਰਾ ਪਹਿਲਾ ਵੋਟ ਦੇਸ਼ ਦੇ ਨਾਮ ਤੇ ਸਿੱਖਿਆ ਮੰਤਰਾਲੇ ਦੇ ਨਾਲ ਸ਼ੁਰੂ ਕੀਤੀ ਆ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਇਸ ਵਿੱਚ ਕੀ ਹੈ ਕਿ ਨਵੇਂ ਵੋਟਰ ਆ ਜਿਹੜੇ ਜਿੰਨਾਂ ਦੀ ਨਵੀਂ ਵੋਟ ਵਣੀ ਹੈ ਜਿਨ੍ਹਾਂ ਨੇ ਪਹਿਲੀ ਵਾਰੀ ਵੋਟ ਪਾਉਣੀ ਹੈ ਨਵੇਂ ਵੋਟਰ ਚੋਣਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਇਸ ਕਰਕੇ ਸਿੱਖਿਆ ਮੰਤਰਾਲੇ ਦੇ ਨਾਲ ਮਿਲ ਕੇ ਚੋਣ ਕਮਿਸ਼ਨ ਨੇ ਮੇਰਾ ਪਹਿਲਾ ਵੋਟ ਦੇਸ਼ ਦੇ ਨਾਮ ਮੋਹਮ ਸ਼ੁਰੂ ਕੀਤੀ ਤੇ ਐਟ ਪ੍ਰੈਜ਼ੈਂਟ ਸਾਡੇ ਇਲੈਕਸ਼ਨ ਚੀਫ ਆਫ ਇਲੈਕਸ਼ਨ ਕਮਿਸ਼ਨ ਕੌਣ ਆ ਚੋਣ ਕਮਿਸ਼ਨ ਦੇ ਮੁਖੀ ਕੌਣ ਆ ਜਾਂ ਚੀਫ ਆਫ ਇਲੈਕਸ਼ਨ ਕਮਿਸ਼ਨ ਕੌਣ ਆ ਰਾਜੀਵ ਕੁਮਾਰ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ स्वयम प्लस प्लेटफार्म लॉन्च ਕੀਤਾ ਹਾਂਜੀ ਸਵੈਮ ਪਲੱਸ ਪਲੇਟਫਾਰਮ ਲਾਂਚ ਕੀਤਾ ਵਾ ਸਾਡੇ ਕੇਂਦਰੀ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਨੇ ਆਪਸ਼ਨ ਸੀ ਇਸ ਆ ਰਾਈਟ ਆਨਸਰ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੀ ਪਹੁੰਚ ਹਰੇਕ ਵਿਦਿਆਰਥੀ ਤੱਕ ਪਹੁੰਚਾਉਣ ਦੇ ਲਈ ਕੇਂਦਰੀ ਮੰਤਰੀ ਤਰਮਿੰਦਰ ਪ੍ਰਧਾਨ ਨੇ ਸਵੈਮ ਪਲੱਸ ਪਲੇਟਫਾਰਮ ਲਾਂਚ ਕੀਤਾ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਰਾਸ਼ਟਰੀ ਜਨਮ ਨੁਕਸ ਜਾਗਰੂਕਤਾ ਮਹੀਨਾ 2024 ਸ਼ੁਰੂ ਕੀਤਾ ਹਾਂਜੀ ਰਾਸ਼ਟਰੀ ਜਨਮ ਨੁਕਸ ਜਾਗਰੂਕਤਾ ਮਹੀਨਾ 2024 ਇਹ ਸ਼ੁਰੂ ਕੀਤਾ ਵਾਜੀ ਨੀਤੀ ਆਯੋਗ ਨੇ অপਸ਼ਨ ਨੰਬਰ ਸੀ ਇਸ ਆ ਰਾਈਟ ਆਨਸਰ ਤੇ ਨੀਤੀ ਆਯੋਗ ਦੇ ਐਟ ਪ੍ਰੈਸੈਂਟ ਸੀਈਓ ਆ ਜਾਂ ਆਪਾਂ ਕਹਿ ਸਕਦੇ ਆ ਇੱਕ ਮੈਂਬਰ ਆ ਜਿਨ੍ਹਾਂ ਦਾ ਨਾਮ ਆ ਡਾਕਟਰ ਵੀ ਕੇ ਪੋਲ ਨੀਤੀ ਆਯੋਗ ਦੇ ਮੈਂਬਰ ਆ ਠੀਕ ਹੈ ਤੇ ਇਹਨਾਂ ਨੇ ਰਾਸ਼ਟਰੀ ਜਨਮ ਨੁਕਸ ਜਾਗਰੂਕਤਾ ਮਹੀਨਾ 2024 ਸ਼ੁਰੂ ਕੀਤਾ অপਸ਼ਨ ਸੀ ਇਸ ਆ ਰਾਈਟ ਆਨਸਰ ਦੇਖੋ ਭਾਰਤ ਦੇ ਵਿੱਚ ਪਹਿਲਾਂ 5 ਸਾਲਾਂ ਯੋਜਨਾ ਚੱਲਦੀ ਸੀ ਜਿਸ ਦੇ ਅਕੋਰਡਿੰਗ ਸ਼ਡਿਊਲ ਤਿਆਰ ਕੀਤਾ ਜਾਂਦਾ ਸੀ ਕਿ ਕਿਹੜੀ ਯੋਜਨਾ ਕਿਵੇਂ ਸ਼ੁਰੂ ਕਰਨੀ ਆ ਕਿੰਨਾ ਤੇ ਖਰਚ ਆਊਗਾ ਤੇ ਕਿਸ ਤਰ੍ਹਾਂ ਉਹਨੂੰ ਪੂਰਾ ਕਰਨਾ ਵਾ ਠੀਕ ਹੈ ਤੇ ਜਿਹੜਾ ਉਸ ਨੂੰ 2015 ਦੇ ਵਿੱਚ ਖਤਮ ਕਰਕੇ ਨੀਤੀ ਆਯੋਗ ਦੇ ਵਿੱਚ ਬਦਲ ਦਿੱਤਾ ਜਿਹੜੀ ਨੀਤੀ ਯੋਜਨਾ ਆਯੋਗ ਸੀ ਉਹ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਸ਼ੁਰੂ ਕੀਤੀ ਸੀਗੀ ਤੇ ਇਹ ਸ਼ੁਰੂ ਕੀਤਾ ਨੀਤੀ ਆਯੋਗ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਹਾਨੂੰ ਇਹ ਪੁੱਛ ਸਕਦੇ ਆ ਕਿ ਨੀਤੀ ਆਯੋਗ ਦੀ ਸਥਾਪਨਾ ਕਿਸ ਨੇ ਕਿਸ ਨੇ ਕੀਤੀ ਤਾਂ ਨਰਿੰਦਰ ਮੋਦੀ ਨੇ ਕੀਤੀ ਸੀਗੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ 2015 ਦੇ ਵਿੱਚ ਕੀਤੀ ਆ ਤੇ ਨਾਲ ਹੀ ਇਹ ਕਹਿ ਦਿੱਤਾ ਗਿਆ ਕਿ ਜੋ ਵੀ ਭਾਰਤ ਦਾ ਪ੍ਰਧਾਨ ਮੰਤਰੀ ਬਣੂਗਾ ਉਹ ਨੀਤੀ ਆਯੋਗ ਦਾ ਚੇਅਰਮੈਨ ਉਹੀ ਹੋਊਗਾ ਤੇ ਐਟ ਪ੍ਰੈਸੈਂਟ ਨੀਤੀ ਆਯੋਗ ਦੇ ਚੇਅਰਮੈਨ ਆ ਨਰਿੰਦਰ ਮੋਦੀ ਜੀ ਠੀਕ ਹੈ ਤੇ ਜੇਕਰ ਅਸੀਂ ਗੱਲ ਕਰੀਏ ਨੀਤੀ ਆਯੋਗ ਤੋਂ ਦੇ ਉਪ ਚੇਅਰਮੈਨ ਦੀ ਤਾਂ ਉਹ ਹੈ ਸੁਮਨ 베ਰੀ ਸੀਈਓ ਆ ਆਰਬੀ ਸੁਬਰ ਸੁਬਰਮਨਿਅਮ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਹਾਲ ਹੀ ਵਿੱਚ 2027 ਵਿਸ਼ਵ ਐਥਲੈਟਿਕ ਚੈਂਪੀਅਨਸ਼ਿਪ ਦੇ ਮੇਜ਼ਬਾਨ ਵਜੋਂ ਕਿਸ ਨੂੰ ਘੋਸ਼ਿਤ ਕੀਤਾ ਗਿਆ ਵੈਰੀ ਵੈਰੀ ਇੰਪੋਰਟੈਂਟ ਹਾਂਜੀ ਜਿਹੜੀ World Athletic Championship ਹੋਣੀ ਹੈ 2027 ਦੇ ਵਿੱਚ ਇਹਦੀ ਮੇਜ਼ਬਾਨੀ ਕਰੇਗਾ ਜੀ ਬੀਜਿੰਗ ਬੀਜਿੰਗ ਚਾਈਨਾ ਦੀ ਕੈਪੀਟਲ ਆ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਕਦੋਂ ਦੀ 2027 ਦੇ ਨੂੰ ਵੀ ਧਿਆਨ ਚ ਰੱਖਣਾ ਨੈਕਸਟ ਹੈ ਹਾਲ ਹੀ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2024 ਦਾ ਖਿਤਾਬ ਕਿਸ ਨੇ ਜਿੱਤਿਆ ਹੈ ਹਾਂਜੀ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2024 ਦਾ ਖਿਤਾਬ ਜਿੱਤੇ ਆ ਚੰਡੀਗੜ੍ਹ ਯੂਨੀਵਰਸਿਟੀ ਨੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਚੰਡੀਗੜ੍ਹ ਯੂਨੀਵਰਸਿਟੀ ਨੇ ਖੇਲੋ ਇੰਡੀਆ ਯੂਨੀਵਰਸਿਟੀਆਂ ਗੇਮ 2024 ਦਾ ਖਿਤਾਬ ਜਿੱਤੇ ਆ ਤੇ ਇਸ ਤੋਂ ਇਲਾਵਾ ਸੈਕਿੰਡ ਤੇ ਜਿਹੜੀ ਇਸ ਮੈਰਿਟ ਲਿਸਟ ਦੇ ਵਿੱਚ ਸੈਕਿੰਡ ਤੇ ਯੂਨੀਵਰਸਿਟੀ ਰਹੀ ਹੈ ਉਹ ਹੈਗੀ ਹੈ ਜੀ लवली 프로ਫੈਸ਼ਨਲ ਯੂਨੀਵਰਸਿਟੀ ਥਰਡ ਤੇ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਹ ਤੁਸੀਂ ਧਿਆਨ ਦੇ ਵਿੱਚ ਤੇ ਇਸ ਦਾ ਮਸਕਟ ਸੀਗਾ ਅਸ਼ਟ ਲక్ష్ਮੀ ਠੀਕ ਹੈ ਨੈਕਸਟ ਹੈ ਕਿਹੜਾ ਰਾਜ ਹਾਲ ਹੀ ਵਿੱਚ 5 ਕਰੋੜ ਆਯੂਸ਼ਮਾਨ ਕਾਰਡ ਬਣਾਉਣ ਵਾਲਾ ਦੇਸ਼ ਦਾ ਪਹਿਲਾ ਰਾਜ ਬਣਿਆ ਹਾਂਜੀ 5 ਕਰੋੜ ਆਯੂਸ਼ਮਾਨ ਕਾਰਡ ਬਣਾਉਣ ਵਾਲਾ ਦੇਸ਼ ਦਾ ਪਹਿਲਾ ਰਾਜ ਬਣਿਆ ਵਾ ਉੱਤਰ ਪ੍ਰਦੇਸ਼ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਸੰਸਦ ਦੀ ਸੁਰੱਖਿਆ ਦਾ ਮੁਖੀ ਕਿਸ ਨੂੰ ਬਣਾਇਆ ਗਿਆ ਹਾਂਜੀ ਸੰਸਦ ਦੀ ਸੁਰੱਖਿਆ ਦਾ ਮੁਖੀ ਬਣਾਇਆ ਗਿਆ ਵਾ IPS ਆਫੀਸਰ ਅਰੁਨਾ ਅਨੁਰਾਗ ਅਗਰਵਾਲ ਨੂੰ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹਾਲੀ ਵਿੱਚ ਫਰਵਰੀ ਮਹੀਨੇ ਵਿੱਚ GST ਕਲੈਕਸ਼ਨ ਕਿੰਨੇ ਪ੍ਰਤੀਸ਼ਤ ਵਧ ਕੇ 1 ਕਰੋੜ 68 ਲੱਖ ਰੁਪਏ ਹੋ ਗਈ ਹੈ ਹਾਂਜੀ ਫਰਵਰੀ ਮਹੀਨੇ ਦੇ ਵਿੱਚ GST ਕਲੈਕਸ਼ਨ ਆ ਜਿਹੜੀ ਇਹ ਕਿੰਨੇ ਪ੍ਰਤੀਸ਼ਤ ਵਧ ਕੇ 1 ਲੱਖ 1 ਕਰੋੜ 68 ਲੱਖ ਰੁਪਏ ਹੋਈ ਆ ਤਾ 12.5% ਵਧ ਕੇ ਹੋਈ ਹੈ অপਸ਼ਨ ਸੀ ਇਜ਼ ਦਾ রাইਟ ਆਨਸਰ ਨੈਕਸਟ ਹੈ Google ਨੇ ਹਾਲ ਹੀ ਵਿੱਚ ਆਨਲਾਈਨ ਗਲਤ ਜਾਣਕਾਰੀ ਅਤੇ ਡੀਪ ਫੇਕ ਦਾ ਮੁਕਾਬਲਾ ਕਰਨ ਲਈ ਕਿਸ ਨਾਲ ਭਾਈਵਾਲੀ ਕੀਤੀ ਹੈ ਹਾਂਜੀ Google ਨੇ ਆਨਲਾਈਨ ਗਲਤ ਜਾਣਕਾਰੀ ਜਿਹੜੀ ਗਲਤ ਜਾਣਕਾਰੀ ਦਿੰਦੇ ਆ ਜਿਹੜੇ ਚੈਨਲ ਜਾਂ ਜਿਹੜੀ ਰਿਪੋਰਟ ਗਲਤ ਜਾਣਕਾਰੀ ਦਿੰਦੀ ਆ Google ਨੇ ਆਨਲਾਈਨ ਗਲਤ ਜਾਣਕਾਰੀ ਅਤੇ ਡੀਪ ਫੇਕ ਦਾ ਮੁਕਾਬਲਾ ਕਰਨ ਦੇ ਲਈ ਸ਼ਕਤੀ ਦੇ ਨਾਲ ਪਾਈ ਵਾਲੀ ਕੀਤੀ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਸ਼ਕਤੀ ਇੱਕ ਅਖਿਲ ਭਾਰਤੀ ਨੈਟਵਰਕ ਜਿਸ ਵਿੱਚ ਕਈ ਫੈਕਟ ਨਿਊਜ਼ ਚੈਨਲ ਸ਼ਾਮਿਲ ਆ ਜੋ ਫੈਕਟ ਨੂੰ ਚੈੱਕ ਕਰਦੇ ਆ ਕਿ ਇਹ ਸਹੀ ਆ ਕਿ ਗਲਤ ਆ ਤਾਂ Google ਨੇ ਇਸ ਦੇ ਨਾਲ ਪਾਈ ਵਾਲੀ ਕੀਤੀ ਆ ਤਾਂ ਜੋ ਫੇਕ ਨਿਊਜ਼ ਆ ਉਹ ਨਾ Google ਤੇ ਪਾਈਆਂ ਜਾਣ ਠੀਕ ਹੈ ਨੈਕਸਟ ਹੈ ਹਾਲ ਹੀ ਵਿੱਚ ICC ਵਿਸ਼ਵ ਟੈਸਟ ਚੈਂਪੀਅਨਸ਼ਿਪ ਰੈਂਕਿੰਗ ਵਿੱਚ ਕੌਣ ਸਿਖਰ ਤੇ ਰਿਹਾ ਇੱਥੇ ਧਿਆਨ ਦਿਓ ਮੈਂ ਟੈਸਟ ਲਿਖਿਆ ਵਾ ਠੀਕ ਹੈ ਅੱਗੇ ਵੀ ਮੈਂ ਇਸ ਦੇ ਨਾਲ ਰਿਲੇਟਡ ਤੁਹਾਨੂੰ ਕੁਐਸਚਨ ਕਰਵਾਉਣਾ ਹੈ ICC ਦੇ ਨਾਲ ਰਿਲੇਟਡ ਆਨਸਰ ਦੋਨਾਂ ਦਾ ਸੇਮ ਹੋਵੇਗਾ ਪਰ ਥੋੜਾ ਧਿਆਨ ਨਾਲ ਕਰਨਾ ਠੀਕ ਹੈ ICC ਵਿਸ਼ਵ ਟੈਸਟ ਚੈਂਪੀਅਨਸ਼ਿਪ ਰੈਂਕਿੰਗ ਦੇ ਵਿੱਚ ਟੌਪ ਤੇ ਹੈ ਜੀ ਸਾਡਾ ਦੇਸ਼ ਭਾਰਤ ਨਿਊਜ਼ੀਲੈਂਡ ਨੂੰ ਪਿੱਛੇ ਛੱਡ ਦਿੱਤਾ ਭਾਰਤ ਨੇ ਪਹਿਲਾਂ ਨਿਊਜ਼ੀਲੈਂਡ ਟੌਪ ਤੇ ਹੁੰਦਾ ਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਰੈਂਕਿੰਗ ਦੇ ਵਿੱਚ ਹੁਣ ਭਾਰਤ ਟੌਪ ਤੇ ਆ ਤਾਂ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਜੀ ਹਾਲ ਹੀ ਵਿੱਚ ਬੀਐਸਐਫ ਦੀ ਪਹਿਲੀ ਮਹਿਲਾ ਸਨਾਈਪਰ ਕੌਣ ਬਣੀ ਹੈ ਹਾਂਜੀ ਬੀਐਸਐਫ ਦੀ ਪਹਿਲੀ ਮਹਿਲਾ ਸਨਾਈਪਰ ਬਣੀ ਆ ਸੁਮਨ ਕੁਮਾਰੀ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਸੁਮਨ ਕੁਮਾਰੀ ਨੈਕਸਟ ਹੈ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਭਾਰਤ ਦੀ ਪਹਿਲੀ ਅੰਡਰਵਾਟਰ ਮੈਟਰੋ ਟਨਲ ਦਾ ਉਦਘਾਟਨ ਕਿੱਥੇ ਕੀਤਾ ਹਾਂਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਭਾਰਤ ਦੀ ਪਹਿਲੀ ਅੰਡਰਵਾਟਰ ਮੈਟਰੋ ਟਨਲ ਦਾ ਉਦਘਾਟਨ ਕੀਤਾ ਜਾਂ ਕਹਿ ਸਕਦੇ ਹਾਂ ਸੁਰੰਗ ਦਾ ਉਦਘਾਟਨ ਕੀਤਾ ਕਲਕੱਤਾ ਦੇ ਵਿੱਚ অপਸ਼ਨ এ ਇਸ ザ রাইਟ ਆਂਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਲਕੱਤਾ ਦੇ ਹਾਵੜਾ ਮੈਦਾਨ ਅਤੇ ਐਸਪਲਨਡ ਵਿਚਕਾਰ ਮੈਟਰੋ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਭਾਰਤ ਵਿੱਚ ਨਦੀ ਦੇ ਹੇਠਾਂ ਪਹਿਲੀ ਸੁਰੰਗ ਦੀ ਆਵਾਜਾਈ ਨੂੰ ਖੋਲ ਦਿੱਤਾ ਤੇ ਪਹਿਲੀ ਸੁਰੰਗ ਬਣਾਈ ਗਈ ਹੈ ਜਿਹੜੀ ਕਿ ਨਦੀ ਦੇ ਹੇਠਾਂ ਚੱਲੂਗੀ ਅੰਡਰਵਾਟਰ ਚੱਲੂਗੀ ਠੀਕ ਹੈ ਨੈਕਸਟ ਟੈਮ हाल ही ਵਿੱਚ ਪੰਜਾਬ ਸਰਕਾਰ ਨੇ ਕਿਹੜੇ ਜ਼ਿਲ੍ਹੇ ਨੂੰ ਸੋਲਰ ਸਿਟੀ ਵਜੋਂ ਵਿਕਸਿਤ ਕਰਨ ਦਾ ਐਲਾਨ ਕੀਤਾ ਹਾਂਜੀ ਪੰਜਾਬ ਸਰਕਾਰ ਨੇ ਚੰਡੀਗੜ੍ਹ ਨੂੰ ਸੋਲ ਸੌਰੀ ਅਮ੍ਰਿਤਸਰ ਨੂੰ ਅਮ੍ਰਿਤਸਰ ਨੂੰ ਸੋਲਰ ਸਿਟੀ ਵਜੋਂ ਵਿਕਸਿਤ ਕਰਨ ਦਾ ਐਲਾਨ ਕੀਤਾ ਆਪਸ਼ਨ ਬੀ ਇਜ਼ ਆ ਰਾਈਟ ਆਂਸਰ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਪੰਜਾਬ ਸਰਕਾਰ ਨੇ ਇਸ ਨੂੰ ਸੋਲਰ ਸਿਟੀ ਵਜੋਂ ਵਿਕਸਿਤ ਕਰਨ ਦਾ ਐਲਾਨ ਕੀਤਾ ਵਾ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਮੀਥੇਨ ਸੈਟ ਲਾਂਚ ਕੀਤਾ ਹਾਂਜੀ ਮੀਥੇਨ ਸੈਟ ਕਿਹਨੇ ਲਾਂਚ ਕੀਤਾ ਵਾ ਰੀਸੈਂਟਲੀ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਦੱਸੋ ਤਾਂ ਇਹਨੂੰ ਲਾਂਚ ਕੀਤਾ ਜੀ ਐਲਾਨ ਮਸਕ ਦੀ ਕੰਪਨੀ ਆ ਸਪੇਸਐਕਸ ਨੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਮੀਥਨ ਸੈਟ ਉਤਸਰਜਨ ਨੂੰ ਟਰੈਕ ਕਰਨ ਦੇ ਲਈ ਮੀਥਨ ਸੈਟ ਲਾਂਚ ਕੀਤਾ ਗਿਆ ਵਾ ਨੈਕਸਟ ਹੈ ਕਿਸ ਕੇਂਦਰੀ ਮੰਤਰੀ ਨੇ ਹਾਲ ਹੀ ਵਿੱਚ ਨੀਤੀ ਆਯੋਗ ਦਾ ਪਲੇਟਫਾਰਮ ਰਾਜਾਂ ਲਈ ਨੀਤੀ ਲਾਂਚ ਕੀਤਾ ਹੈ ਹਾਂਜੀ ਸਾਡੇ ਕੇਂਦਰੀ ਮੰਤਰੀ ਅਸ਼ਨਵੀ ਵੈਸ਼ਨਵ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਇਹਨਾਂ ਨੇ ਨੀਤੀ ਆਯੋਗ ਦਾ ਪਲੇਟਫਾਰਮ ਰਾਜਾਂ ਲਈ ਨੀਤੀ ਲਾਂਚ ਕੀਤਾ ਨੈਕਸਟ ਸੰਚਾਰ ਰੇਲਵੇ ਅਤੇ ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰੀ ਅਸ਼ਨਵੀ ਵੈਸ਼ਨਵੀ ਨੇ ਵੈਸ਼ਨਵ ਨੇ ਸਰਕਾਰੀ ਥਿੰਕ ਟੈਂਕ ਨੀਤੀ ਆਯੋਗ ਦੇ ਪਲੇਟਫਾਰਮ ਜਿਹਦਾ ਨਾਮ ਰੱਖਿਆ ਵਾ ਰਾਜਾਂ ਲਈ ਨੀਤੀ ਇੱਕ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਲਾਂਚ ਕੀਤਾ ਤੇਜ਼ ਦੇ ਨਾਲ ਹੀ ਉਹਨਾਂ ਨੇ ਨਿੱਤਯਾਯੋਗ ਵਿੱਚ ਵਿਕਸਿਤ ਭਾਰਤ ਰਣਨੀਤੀ ਰੂਮ ਦਾ ਵੀ ਉਦਘਾਟਨ ਕੀਤਾ ਨੈਕਸਟ ਹੈ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ 2024 ਵਿੱਚ ਕਿਸ ਨੇ ਪਹਿਲਾ ਇਨਾਮ ਜਿੱਤਿਆ ਹਾਂਜੀ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ 2024 ਵਿੱਚ ਪਹਿਲਾ ਇਨਾਮ ਜਿੱਤਿਆ ਵਾ ਜਤਿਨ ਪਾਸਕਰ ਨੇ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਇਹ ਹਰਿਆਣਾ ਦੇ ਆ ਠੀਕ ਹੈ ਨੈਕਸਟ ਹੈ ਭਾਰਤ ਦੀਆਂ ਤਿੰਨਾਂ ਸੈਨਾਵਾਂ ਦਾ ਹਾਲ ਹੀ ਵਿੱਚ ਸੰਯੁਕਤ ਅਭਿਆਸ ਭਾਰਤ ਸ਼ਕਤੀ ਕਿੱਥੇ ਹੋਵੇਗਾ ਵੈਰੀ ਵੈਰੀ ਇੰਪੋਰਟੈਂਟ ਹਾਂਜੀ ਭਾਰਤ ਦੀਆਂ ਤਿੰਨਾਂ ਸੈਨਾਵਾਂ ਦਾ ਸਾਂਝਾ ਅਭਿਆਸ ਆ ਜਿਸ ਦਾ ਨਾਮ ਆ ਭਾਰਤ ਸ਼ਕਤੀ ਤੇ ਰਾਜਸਥਾਨ ਦੇ ਜੈਸਲਮੇਰ ਦੇ ਵਿੱਚ ਹੋਇਆ ਸੀ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ ਰਾਜਸਥਾਨ ਦੇ ਜੈਸਲਮੇਰ ਦੇ ਵਿੱਚ ਹੀ ਹੋਇਆ ਵਾ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਹਦੇ ਵਿੱਚ ਇੱਕ ਭਾਰਤੀ ਜਹਾਜ਼ ਵੀ ਕ੍ਰੈਸ਼ ਹੋਇਆ ਵਾ ਠੀਕ ਹੈ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੁਸੀਂ ਦੇਖਿਆ ਹੋਣਾ ਨਿਊਜ਼ ਵਗੈਰਾ ਦੇ ਵਿੱਚ ਤੇ ਭਾਰਤ ਦੀਆਂ ਤਿੰਨ ਸੈਨਾਵਾਂ ਨੇ ਫੌਜ ਜਲ ਸੈਨਾ ਅਤੇ ਹਵਾਈ ਸੈਨਾ ਇਹਨਾਂ ਦਾ ਸਾਂਝਾ ਅਭਿਆਸ ਆ ਭਾਰਤ ਸ਼ਕਤੀ ਜਿਹੜਾ ਕਿ 12 ਮਾਰਚ ਨੂੰ ਹੋਇਆ ਸੀ ਨੈਕਸਟ ਹੈ ਭਾਰਤੀ ਪੈਰਾ ਪੈਰਾ ਲੰਪਿਕ ਕਮੇਟੀ ਦਾ ਪ੍ਰਧਾਨ ਕਿਸ ਨੂੰ ਚੁਣਿਆ ਗਿਆ ਹਾਂਜੀ ਭਾਰਤੀ ਪੈਰਾ ਲੰਪਿਕ ਕਮੇਟੀ ਹੈ ਇਸ ਦੇ ਪ੍ਰਧਾਨ ਚੁਣੇ ਗਏ ਆ ਤਾਂ ਇਹ ਚੁਣੇ ਗਏ ਆ ਦਵਿੰਦਰ ਚਾਂਦਰੀਆ অপਸ਼ਨ ਏ ਇਜ਼ ਦਾ ਰਾਈਟ ਆਨਸਰ ਭਾਰਤੀ ਪੈਰਾ ਲੀਮਪਿਕ ਕਮੇਟੀ ਦੇ ਪ੍ਰਧਾਨ ਦਵਿੰਦਰ ਚਾਂਦਰੀਆ ਚੁਣੇ ਗਏ ਆ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਦਵਿੰਦਰ ਚਾਂਦਰੀਆ ਨੈਕਸਟ ਹੈ ਕਿਸ ਦੇਸ਼ ਨੂੰ ਹਾਲ ਹੀ ਵਿੱਚ ਖਸਰਾ ਤੇ ਰੂਬੇਲਾ ਚੈਂਪੀਅਨ ਅਵਾਰਡ ਮਿਲਿਆ ਹਾਂਜੀ ਖਸਰਾ ਅਤੇ ਰੂਬੇਲਾ ਚੈਂਪੀਅਨ ਅਵਾਰਡ ਮਿਲਿਆ ਵਾ ਤਾਂ ਇਹ ਦਿੱਤਾ ਗਿਆ ਵਾ ਜੀ ਅਵਾਰਡ ਭਾਰਤ ਨੂੰ অপশন নাম্বার বি ইজ দা রাইট आंसर वेरी वेरी इंपोर्टेंट नेक्स्ट है हाल ही ਵਿੱਚ ਮਿਸ ਵਰਲਡ 2023 ਦਾ ਖਿਤਾਬ ਕਿਸ ਨੇ ਜਿੱਤੇ ਆ ਹਾਂਜੀ ਮਿਸ ਵਰਲਡ 2023 ਦਾ ਖਿਤਾਬ ਜਿੱਤੇ ਆ ਵਾ ਚੈੱਕ ਕਰ ਨਰਾਜ਼ ਦੀ ਆ ਕ੍ਰਿਸਟੀਨਾ ਪਿਸਕੋਵਾ অপশন ਸੀ ਇਜ਼ দা রাইট आंसर ਤਿੰਨਾਂ ਨੇ ਹੀ ਮਿਸ ਵਰਲਡ 2023 ਦਾ ਖਿਤਾਬ ਜਿੱਤੇ ਆ ਕ੍ਰਿਸਟੀਨਾ ਪਿਸਕੋਵਾ नेक्स्ट है ਹਾਲ ਹੀ ਵਿੱਚ 700 ਬਿੱਟਾਂ ਲੈਣ ਵਾਲਾ ਦੁਨੀਆ ਦਾ ਪਹਿਲਾ ਤੇਜ਼ ਗੇਂਦਬਾਜ਼ ਕੌਣ ਬਣਿਆ ਹੈ ਹਾਂਜੀ 700 ਵਿਕਟਾਂ ਲੈਣ ਵਾਲਾ ਦੁਨੀਆ ਦਾ ਪਹਿਲਾ ਤੇਜ਼ ਗੇਂਦਬਾਜ਼ ਬਣਿਆ ਵਾ ਜੈਮਸ ਐਂਡਰਸਨ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਜੈਮਸ ਐਂਡਰਸਨ ਹੁਣ ਇੱਕ ਕ੍ਰਿਕਟ ਦੀ ਗੱਲ ਕੀਤੀ ਆ ਤਾਂ ਕ੍ਰਿਕਟ ਦੇ ਨਾਲ ਰਿਲੇਟਿਡ ਜਿੰਨੇ ਵੀ ਇੰਪੋਰਟੈਂਟ ਫੈਕਟ ਆ ਉਹ ਵੀ ਤੁਸੀਂ ਯਾਦ ਕਰ ਸਕਦੇ ਹੋ ਐਮ ਐਸ ਧੋਨੀ ਨੂੰ ਆਈ ਪੀਐਲ ਦੀ ਸਰਬਕਾਲੀ ਮਹਾਨ ਟੀਮ ਦਾ ਕਪਤਾਨ ਬਣਾਇਆ ਗਿਆ ਆਰ ਅਸ਼ਵਿਨ ਟੈਸਟ ਕ੍ਰਿਕਟ ਵਿੱਚ 500 ਵਿਕਟਾਂ ਲੈਣ ਵਾਲੇ ਅਨਿਲ ਕੁੰਬਲੇ ਤੋਂ ਬਾਅਦ ਦੂਜੇ ਖਿਡਾਰੀ ਬਣੇ ਚੇਨਈ ਸੁਪਰ ਕਿੰਗਸ ਨੇ ਅਧਿਕਾਰਤ ਸਪੌਂਸਰ ਵਜੋਂ ਇਤਿਹਾਦ 에ਅਰ ਵੈਸਨਲ ਸਮਝਾਤਾ ਕੀਤਾ ਪੈਟ ਕਮਿੰਸ ਅਤੇ ਦੀਪਤੀ ਸ਼ਰਮਾ ਨੂੰ ਦਸੰਬਰ ਮਹੀਨੇ ਦੇ ਲਈ ICC ਪਲੇਅਰ ਆਫ ਦੀ ਮੰਥ ਚੁਣਿਆ ਗਿਆ ਇਹ ਇੰਨਾ ਇੰਪੋਰਟੈਂਟ ਨੀਗਾ ਨੈਕਸਟ ਹੈ ਹਾਲ ਹੀ ਵਿੱਚ ਸਭ ਤੋਂ ਘੱਟ ਟੈਸਟ ਮੈਚਾਂ ਵਿੱਚ ਸੋ ਹ 1000 ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਕੌਣ ਬਣੇ ਨੇ ਹਾਂਜੀ ਸਭ ਤੋਂ ਘੱਟ ਟੈਸਟ ਮੈਚਾਂ ਦੇ ਵਿੱਚ 1000 ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਬਣਿਆ ਜਸਾਸਵੀ ਜੈਸਵਲ অপਸ਼ਨ ਸੀ ਇਜ਼ ਅ ਰਾਈਟ ਆਨਸਰ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਦੇਖ ਸਕਦੇ ਹੋ ਤੁਸੀਂ ਐਮਐਸ ਦੇ ਵਿੱਚ ਵੀ ਜਸਾਸਵੀ ਜੈਸਵਲ ਤੇ ਇਹਨਾਂ ਤੋਂ ਪਹਿਲਾਂ ਵਿਨੋਦ ਕਾਂਪਲੀ ਅਤੇ ਚਿਤੇਸ਼ਵਰ ਦਾ ਰਿਕਾਰਡ ਸੀਗਾ ਜਿਹੜਾ ਇਹਨਾਂ ਨੇ ਤੋੜਿਆ ਵਾ ਠੀਕ ਹੈ ਇਹਨਾਂ ਨੇ ਕੇਵਲ 9 ਮੈਚਾਂ ਦੇ ਵਿੱਚ ਹੀ 1000 ਦੌੜਾਂ ਬਣਾਈਆਂ ਨੇ ਜਿਹੜੀਆਂ ਕਿ ਸਭ ਤੋਂ ਘੱਟ ਮੈਚਾਂ ਦੇ ਵਿੱਚ ਨੇ ਬਣਾਈਆਂ ਵਾ ਕੇ ਬਣਾ ਕੇ ਇੱਕ ਨਵਾਂ ਰਿਕਾਰਡ ਬਣਾਇਆ ਨੈਕਸਟ ਹੈ ਹਾਲ ਹੀ ਵਿੱਚ ਆਈਸੀਸੀ ਟੈਸਟ ਰੈਂਕਿੰਗ ਵਿੱਚ ਕੌਣ ਸਿਖਰ ਤੇ ਰਿਹਾ ਹਾਂਜੀ ਆਈਸੀਸੀ ਟੈਸਟ ਰੈਂਕਿੰਗ ਦੇ ਵਿੱਚ ਕੌਣ ਸਿਖਰ ਤੇ ਰਿਹਾ ਸਾਡਾ ਦੇਸ਼ ਭਾਰਤ অপਸ਼ਨ ਏ ਇਜ਼ ਦਾ ਰਾਈਟ ਆਨਸਰ ਆਈਸੀਸੀ ਦੇਖੋ ਪਹਿਲਾਂ ਮੈਂ ਤੁਹਾਨੂੰ ਕਰਵਾਇਆ ਆਈਸੀਸੀ ਦੇ ਤਿੰਨੋਂ ਫਾਰਮੈਟਾਂ ਇੱਥੇ ਤਿੰਨੋ ਫਾਰਮੈਟ ਆਉਣਾ ਸੀ ਟੈਸਟ ਵਾਲਾ ਤਾਂ ਮੈਂ ਤੁਹਾਨੂੰ ਪਹਿਲਾਂ ਕਰਵਾਇਆ ਥਾ ਆਈਸੀਸੀ ਦੇ ਤਿੰਨੋ ਫਾਰਮੈਟ ਆ ਟੈਸਟ ਟੀ20 ਤੇ ਹੁਣ ਤੱਕ ਆਸਟ੍ਰੇਲੀਆ ਟੌਪ ਤੇ ਸੀਗਾ ਹੁਣ ਭਾਰਤ ਟੌਪ ਤੇ ਆ ਠੀਕ ਹੈ ਪਹਿਲਾਂ ਮੈਂ ਨਿਊਜ਼ੀਲੈਂਡ ਟੈਸਟ ਵਾਲਾ ਕਰਵਾਇਆ ਸੀਗਾ ਉਹਦੇ ਵਿੱਚ ਨਿਊਜ਼ੀਲੈਂਡ ਟੌਪ ਤੇ ਸੀਗਾ ਹੁਣ ਤੱਕ ਪਰ ਹੁਣ ਪਹਿਲਾਂ ਆਸਟ੍ਰੇਲੀਆ ਇਹਦੇ ਵਿੱਚ ਆਸਟ੍ਰੇਲੀਆ ਟੌਪ ਸੀ ਟੌਪ ਤੇ ਸੀਗਾ ਤਿੰਨੋ ਫਾਰਮੈਟਾਂ ਵਿੱਚ ਪਰ ਹੁਣ ਭਾਰਤ ਆ ਠੀਕ ਹੈ ਆਪਸ਼ਨ A ਇੱਥੇ ਰਾਈਟ ਆਨਸਰ ਹੈ ਐਂਡ ਨੈਕਸਟ ਹੈ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਅਸam ਅਤੇ ਕੇਸਰਾਜ ਨੂੰ ਜੋੜਨ ਵਾਲੀ ਸੇਲਾ சுரੰਗ ਦਾ ਉਦਘਾਟਨ ਕੀਤਾ ਵੈਰੀ ਵੈਰੀ ਇੰਪੋਰਟੈਂਟ ਹਾਂਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਅਸam ਅਤੇ ਅਰੁਣਾਚਲ ਪ੍ਰਦੇਸ਼ ਨੂੰ ਜੋੜਨ ਵਾਲੀ ਸੇਲਾ சுரੰਗ ਦਾ ਉਦਘਾਟਨ ਕੀਤਾ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਵੈਰੀ ਵੈਰੀ ਇੰਪੋਰਟੈਂਟ ਇਹ ਦੋ ਲੈਨ ਵਾਲੀ ਦੁਨੀਆ ਦੀ ਸਭ ਤੋਂ ਵੱਡੀ சுரੰਗ ਆ ਠੀਕ ਹੈ ਸੇਲਾ சுரੰਗ ਹੈ ਜਿਹੜੀ ਸੇਲਾ சுரੰਗ ਇਸ ਦੀ ਉਚਾਈ 13500 ਫੁੱਟ ਤੋਂ ਵੱਧ ਆ ਤੇ ਦੁਨੀਆ ਦੀ ਸਭ ਤੋਂ ਵੱਡੀ ਦੋ ਲੈਣ ਵਾਲੀ ਸਰੰਗ ਦੁਨੀਆ ਦੀ ਸਭ ਤੋਂ ਵੱਡੀ ਹੈ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਉਰਨਾਚਲ ਪ੍ਰਦੇਸ਼ ਦੇ ਵਿੱਚ ਬਣੀ ਆ ਇਹ ਨੈਕਸਟ ਹੈ ਖੇਲੋ ਇੰਡੀਆ ਰਾਈジング ਟੈಲೆಂਟ ਆਇਡੈਂਟੀਫਿਕੇਸ਼ਨ ਪ੍ਰੀਖਿਆ ਪ੍ਰੋਗਰਾਮ ਦਾ ਹਾਲ ਹੀ ਵਿੱਚ ਕਿੱਥੇ ਉਦਘਾਟਨ ਕੀਤਾ ਗਿਆ ਹਾਂਜੀ ਖੇਲੋ ਇੰਡੀਆ ਰਾਈジング ਟੈಲೆಂਟ ਆਇਡੈਂਟੀਫਿਕੇਸ਼ਨ ਪ੍ਰੀਖਿਆ ਪ੍ਰੋਗਰਾਮ ਦਾ ਉਦਘਾਟਨ ਚੰਡੀਗੜ੍ਹ ਦੇ ਵਿੱਚ ਹੋਇਆ ਆਪਸ਼ਨ ਏ ਇਜ਼ ਦਾ ਰਾਈਟ ਆਂਸਰ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹਾਲ ਹੀ ਵਿੱਚ ਕਿਹੜੇ ਦੇਸ਼ ਦਾ ਰਾਕੇਟ ਲੌਂਚ ਹੋਣ ਤੋਂ ਬਾਅਦ ਤੁਰੰਤ ਬਾਅਦ ਫਟ ਗਿਆ ਹਾਂਜੀ ਦੇਖੋ ਜਪਾਨ ਦੀ ਪ੍ਰਾਈਵੇਟ ਸਪੇਸ ਏਜੰਸੀ ਆ ਜਿਸ ਦਾ ਨਾਮ ਆ ਸਪੇਸ 1 ਤੇ ਇਸ ਨੇ ਇੱਕ ਨਿੱਜੀ ਰਾਕੇਟ ਲੌਂਚ ਕੀਤਾ ਸੀ ਜਿਸ ਦਾ ਨਾਮ ਸੀ ਕਾਇਰੋਸ ਕਾਇਰੋਸ ਤੇ ਇਹ 5 ਸੈਕਿੰਡ ਦੇ ਅੰਦਰ ਹੀ ਫਟ ਗਿਆ অপਸ਼ਨ ਬੀ ਇਸ ਦਾ ਰਾਈਟ ਆਨਸਰ ਜਪਾਨ ਨੈਕਸਟ ਹੈ ਹਾਲ ਹੀ ਵਿੱਚ ਰਾਂਜੀ ਟਰਾਫੀ 2024 ਦਾ ਕਿਤਾਬ ਕਿਸ ਨੇ ਜਿੱਤਿਆ ਵੈਰੀ ਵੈਰੀ ਇੰਪੋਰਟੈਂਟ ਹਾਂਜੀ ਰਾਂਜੀ ਟਰਾਫੀ 2024 ਦਾ ਕਿਤਾਬ ਜਿੱਤਿਆ ਵਾ ਮੁੰਬਈ ਨੇ অপਸ਼ਨ ਬੀ ਇਸ ਦਾ ਰਾਈਟ ਆਨਸਰ ਤੇ ਮੁੰਬਈ ਨੇ ਰਾਂਜੀ ਟਰਾਫੀ 2024 ਦਾ ਕਿਤਾਬ ਰਾਂਜੀ ਟਰਾਫੀ ਕਿੰਨੇ ਵਾਰ ਜਿੱਤੀ ਹੈ ਟੋਟਲ 8 ਵਾਰ ਜਿੱਤੀ ਹੈ ਰਾਂਜੀ ਟਰਾਫੀ ਮੁੰਬਈ ਨੇ ਠੀਕ ਹੈ ਤੇ ਜਿਹੜੀ ਰਾਂਜੀ ਟਰਾਫੀ 2024 ਹੈ ਕਿੱਥੇ ਹੋਈ ਹੈ ਮੁੰਬਈ ਦੇ ਬਾਣ ਖੇੜੇ ਸਟੇਡੀਅਮ ਦੇ ਵਿੱਚ ਇਹਦਾ ਫਾਈਨਲ ਹੋਇਆ ਵਾ ਠੀਕ ਹੈ ਤੇ ਕਿੰਨਾਵਾਂ ਸੰਸਕਰਨ ਸੀ 42ਵਾਂ ਸੰਸਕਰਨ ਸੀ ਤੇ ਰੰਜੀ ਟਰਾਫੀ ਦੇ ਵਿੱਚ ਮੋਵਈ ਨੇ 169 ਦੌੜਾਂ ਦੇ ਨਾਲ ਜਿੱਤੀ ਆ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਹਾਲ ਹੀ ਵਿੱਚ ਪੰਜਾਬ ਮਹਿਲਾ ਕਮਿਸ਼ਨ ਦੇ ਨਵੇਂ ਚੇਅਰਪਰਸਨ ਕੌਣ ਬਣੇ ਹਨ ਹਾਂਜੀ ਪੰਜਾਬ ਮਹਿਲਾ ਕਮਿਸ਼ਨ ਦੇ ਨਵੇਂ ਚੇਅਰਪਰਸਨ ਬਣਿਆ ਪਹਿਲਾ ਕੌਣ ਸੀ ਮਨੀਸ਼ਾ ਗੁਲਾਟੀ ਹੁਣ ਕੌਣ ਬਣਿਆ ਰਾਜ ਲਾਲੀ ਗਿੱਲ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਪੰਜਾਬ ਮਹਿਲਾ ਕਮਿਸ਼ਨ ਦੇ ਨਵੇਂ ਚੇਅਰਪਰਸਨ ਨੈਕਸਟ ਹੈ ਹਾਲ ਹੀ ਵਿੱਚ ਸੰਗੀਤ ਨਾਟਕ ਅਕੈडमी ਅਵਾਰਡ ਕਿਸ ਨੇ ਮਿਲਿਆ ਹਾਂਜੀ ਸੰਗੀਤ ਨਾਟਕ ਅਕੈडमी ਅਵਾਰਡ ਮਿਲਿਆ ਵਾ ਈਮੇਲ ਆਵਾ ਮੰਜੂਲਾ ਰਾਮਾ ਸਵਾਮੀ ਨੂੰ ਆਪਸ਼ਨ A ਇਸ ਦਾ ਰਾਈਟ ਆਨਸਰ ਮੰਜੂਲਾ ਰਾਮਾ ਸਵਾਮੀ ਦੇਖ ਸਕਦੇ ਹੋ ਤੁਸੀਂ ਮੈਸ ਦੇ ਵਿੱਚ ਇਹ ਭਾਰਤ ਨਟਿਅਮ ਗੁਰੂ ਆ ਭਾਰਤ ਨਟਿਅਮ ਤਮਿਲਨਾਡੂ ਦਾ ਲੋਕ ਨਾਚ ਆ ਨੈਕਸਟ ਹੈ ਹਾਲ ਹੀ ਵਿੱਚ ਨਵੇਂ ਚੋਣ ਕਮਿਸ਼ਨਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਦੇਖੋ ਇੱਕ ਹੁੰਦਾ ਚੀਫ ਆਫ ਇਲੈਕਸ਼ਨ ਕਮਿਸ਼ਨ ਭਾਰਤੀ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਵਾ ਕਿ ਜਿਹੜਾ ਚੋਣ ਆਯੋਗ ਆ ਉਹਦੇ ਵਿੱਚ ਤਿੰਨ ਮੈਂਬਰ ਹੁੰਦੇ ਆ ਇੱਕ ਹੁੰਦਾ ਇਲੈਕਸ਼ਨ ਕਮਿਸ਼ਨ ਪਲੱਸ ਦੋ ਹੋਰ ਮੈਂਬਰ ਠੀਕ ਹੈ ਜਿਹੜੇ ਦੋ ਹੋਰ ਮੈਂਬਰ ਹੁੰਦੇ ਉਹਨਾਂ ਨੂੰ ਚੋਣ ਕਮਿਸ਼ਨਰ ਬੋਲਿਆ ਜਾਊਗਾ ਤੇ ਜਿਹੜਾ ਮੁਖ ਹੋਊਗਾ ਉਹਨੂੰ ਚੀਫ ਆਫ ਇਲੈਕਸ਼ਨ ਕਮਿਸ਼ਨ ਬੋਲਿਆ ਜਾਊਗਾ ਚੀਫ ਆਫ ਇਲੈਕਸ਼ਨ ਕਮਿਸ਼ਨ ਤਾਂ ਹੈਗੇ ਰਜੀਵ ਕੁਮਾਰ ਠੀਕ ਹੈ ਤੇ ਹੁਣ ਸਾਡੇ ਦੋ ਨਵੇਂ ਚੋਣ ਕਮਿਸ਼ਨਰ ਬਣੇ ਆ ਉਹ ਬਣਿਆ ਗਿਆਨੇਸ਼ ਕੁਮਾਰ ਤੇ ਸੁਖਵੀਰ ਸੰਧੂ অপশন নাম্বার ਏ ਇਸ ਆ ਰਾਈਟ आंसर ਉਪਰੋਕਰ ਦੋਵੇਂ ਹੀ ਇਹਨਾਂ ਤੋਂ ਪਹਿਲਾਂ ਸੀ ਅਰुण गोयल ਉਹਨਾਂ ਨੇ ਅਸਤੀਫਾ ਦੇ ਦਿੱਤਾ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਹੁਣ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਸਟਾਰਸ਼ਿਪ ਲਾਂਚ ਕੀਤੀ ਹੈ ਹਾਂਜੀ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਰਾਕੇਟਾਂ ਜਿਸ ਦਾ ਨਾਮ ਆ ਸਟਾਰਸ਼ਿਪ ਇਹ ਕਿਸ ਨੇ ਲਾਂਚ ਕੀਤੀ ਆ ਇਹ ਤੁਹਾਨੂੰ ਪੁੱਛਿਆ ਜਾ ਰਿਹਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਜਿਹੜੇ ਸਟੂਡੈਂਟਸ ਨੂੰ ਪਤਾ ਇਹ ਲਾਂਚ ਕੀਤੀ ਹੈ ਸਪੇਸਐਕਸ ਨੇ ਐਲੌਨ ਮਸਕ ਦੀ ਕੰਪਨੀ ਹੈ ਸਪੇਸਐਕਸ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਹਾਲ ਹੀ ਵਿੱਚ ਪੀ ਵੀ ਨਰਸਿੰਮਾ ਰਾਓ ਮੈਮੋਰੀਅਲ ਅਵਾਰਡ ਕਿਸ ਨੂੰ ਮਿਲਿਆ ਹਾਂਜੀ ਪੀ ਵੀ ਨਰਸਿੰਮਾ ਰਾਓ ਮੈਮੋਰੀਅਲ ਅਵਾਰਡ ਹੈ ਜਿਹੜਾ ਇਹ ਮਿਲਿਆ ਰਤਨ ਟਾਟਾ ਨੂੰ অপশন নাম্বার সি ইজ দা রাইট আনসার ঠিক আছে মরণTata ਨੂੰ ਉਹਨਾਂ ਦੇ ਪ੍ਰੋਪਕਾਰ ਕੰਮਾਂ ਦੇ ਲਈ PV नरसिम्हा राव ਮੈਮੋਰੀਅਲ ਅਵਾਰਡ ਦਿੱਤਾ ਗਿਆ नेक्स्ट ਹੈ ਜੀ ਕਿਸ ਸੰਗ੍ਰਹਿ ਨੇ ਨੋਕਟਿਸ ਨਾਮ ਦਾ ਇੱਕ ਵਿਸ਼ਾਲ ਜਵਾਲਾਮੁਖੀ ਹਾਲ ਹੀ ਵਿੱਚ ਖੋਜਿਆ ਹੈ हां जी ਕਿਹੜੇ ਗ੍ਰਹਿ ਤੇ ਨੋਕਟਿਸ ਨਾਮ ਦਾ ਇੱਕ ਜਵਾਲਾਮੁਖੀ ਖੋਜਿਆ ਗਿਆ ਤਾਂ ਮੰਗਲ ਗ੍ਰਹਿ ਤੇ অপਸ਼ਨ A ਇਜ਼ ਦਾ রাইਟ ਆਨਸਰ नेक्स्ट ਹੈ हाल ही ਵਿੱਚ ਸਰ ਸਰਸਵਤੀ ਸਨਮਾਨ 2023 ਕਿਸ ਨੂੰ ਮਿਲਿਆ ਸਰਸਵਤੀ ਸਨਮਾਨ ਦੇਖ ਸਕਦੇ ਹੋ ਤੁਸੀਂ ਐਮਐਸ ਦੇ ਵਿੱਚ ਇਹ ਅਵਾਰਡ ਹੁੰਦਾ ਸਰਸਵਤੀ ਤੇ ਇਹ ਕਿਸ ਨੂੰ ਮਿਲਿਆ ਸਰਸਵਤੀ ਸਨਮਾਨ ਮਿਲਿਆ ਵਾ ਜੀ ਰੀਸੈਂਟਲੀ ਪ੍ਰਵਾ ਬਰਮਾ ਨੂੰ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਸਰਸਵਤੀ ਸਨਮਾਨ 2023 ਇਹ ਪ੍ਰਵਾ ਬਰਮਾ ਨੂੰ ਦਿੱਤਾ ਗਿਆ ਵਾ ਤੇ ਜੇਕਰ ਅਸੀਂ ਗੱਲ ਕਰੀਏ ਪ੍ਰਵਾ ਬਰਮਾ ਦੀ ਇਹ ਕੇ ਕੇ ਬਿਰਲਾ ਫਾਊਂਡੇਸ਼ਨ ਸਰਸਵਤੀ ਅਵਾਰਡ ਹੈ ਜਿਹੜਾ ਕੇ ਕੇ ਬਿੜਲਾ ਫਾਊਂਡੇਸ਼ਨ ਦੁਆਰਾ ਦਿੱਤਾ ਜਾਂਦਾ ਅਤੇ ਸਾਹਿਤ ਦੇ ਖੇਤਰ ਦਾ ਸਰਵ ਉੱਚ ਸਨਮਾਨ ਜਿਹੜਾ ਕਿ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਠੀਕ ਹੈ ਸਰਸਵਤੀ ਸਨਮਾਨ ਤੇ ਪ੍ਰਵਾ ਵਰਮਾ ਕੇਰਲ ਦੇ ਕਵੀ ਆ ਅਤੇ ਸਾਹਿਤਕਾਰ ਆ ਫੇਮਸ ਤੇ ਇਹਨਾਂ ਨੂੰ ਹੀ ਸਰਸਵਤੀ ਸਨਮਾਨ 2023 ਦਿੱਤਾ ਗਿਆ ਨੈਕਸਟ ਹੈ ਹਾਲ ਹੀ ਵਿੱਚ ਮਈਉਦਾ ਵਿੱਤੀ ਸਾਲ ਵਿੱਚ ਪਰਤੱਖ ਟੈਕਸ ਸੰਗ੍ਰਹਿ ਕਿੰਨੇ ਪ੍ਰਤੀਸ਼ਤ ਵਧ ਕੇ 18 ਕਰੋੜ 90 ਲੱਖ ਰੁਪਏ ਹੋ ਗਿਆ ਹਾਂਜੀ ਮਈਉਦਾ ਵਿੱਤੀ ਸਾਲ ਵਿੱਚ ਪ੍ਰਤੱਖ ਟੈਕਸ ਦਾ ਸੰਗ੍ਰਹਿ ਆ ਜਿਹੜਾ ਇਹ 18.90 ਲੱਖ ਕਰੋੜ ਰੁਪਏ ਹੋ ਗਿਆ ਵਾ ਤੇ ਕਿੰਨੇ ਪਰਸੈਂਟ ਵਧ ਕੇ ਹੋਇਆ ਵਾ ਇਹ ਤੁਹਾਨੂੰ ਪੁੱਛਿਆ ਜਾ ਰਿਹਾ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਚਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਇਸ ਦਾ ਆਨਸਰ ਜ਼ਰੂਰ ਦੇਣ ਤਾਂ ਇਹ ਹੋਇਆ ਜੀ 20% ਵਧ ਕੇ অপਸ਼ਨ ਬੀ ਇਜ਼ ਅ ਰਾਈਟ ਆਨਸਰ ਨੈਕਸਟ ਹੈ ਕਿਸ ਦੇਸ਼ ਨੇ ਹਾਲ ਹੀ ਵਿੱਚ ਧਰਤੀ ਚੰਨ ਸੰਚਾਰ ਲਈ ਬੈਕਆਊਟ ਟੂ ਰੀਲੇ ਸੈਟੇਲਾਈਟ ਲਾਂਚ ਕੀਤਾ ਹਾਂਜੀ ਤਾਂ 30 ਸੰਚਾਰ ਦੇ ਲਈ ਵੈਕੀਆਓ 2 ਰਿਲੇ ਸੈਟੇਲਾਈਟ ਲਾਂਚ ਕੀਤਾ ਚੀਨ ਨੇ অপਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਚੀਨ ਦੀ ਸਪੇਸ ਏਜੰਸੀ ਦਾ ਨਾਮ ਆ ਸੀ ਐਨ ਐਸ ਏ ਚਾਈਨੀਜ਼ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ ਨੈਕਸਟ ਹੈ ਹਾਲ ਹੀ ਵਿੱਚ ਹਾਂਜੀ ਅਗਲਾ ਕੁਐਸਚਨ ਹਾਲ ਹੀ ਵਿੱਚ ਗ੍ਰੇਟ ਇੰਡੀਅਨ ਬਸਟਰਡ ਦੀ ਸੰਭਾਲ ਲਈ ਕਿਸ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਬਣਾਈ ਗਈ ਹੈ ਇਹ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ ਦੇਖੋ ਪਹਿਲਾਂ ਤਾਂ ਤੁਸੀਂ ਗ੍ਰੇਟ ਇੰਡੀਅਨ ਬਸਟਰਡ ਦੇਖ ਸਕਦੇ ਹੋ ਇਮੇਜ ਦੇ ਵਿੱਚ ਇਹ ਕਿੱਦਾਂ ਦੀ ਪ੍ਰਜਾਤੀ ਆ ਜਿਹੜੀ ਕਿ ਅਲੋਪ ਹੋਣ ਦੀ ਕੰਗਾਰਤੇ ਆ ਰੈਡ ਲਿਸਟ ਦੇ ਵਿੱਚ ਸ਼ਾਮਿਲ ਆ ਦੇਖੋ ਮੈਂ ਤੁਹਾਨੂੰ ਪੂਰੀ ਇਨ ਡਿਟੇਲ ਦੱਸਦੀ ਆ ਇਹਦੇ ਵਿੱਚ ਦੇਖੋ ਜਿਵੇਂ ਹੁਣ ਸੋਲਰ ਪੈਨਲ ਲਗਾਏ ਜਾ ਰਹੇ ਆ ਤੁਹਾਨੂੰ ਵੀ ਪਤਾ ਹੋਣਾ ਸੋਲਰ ਪੈਨਲ ਇਹਦੀ ਕੋਸ਼ਨਾ ਪਹਿਲਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਹੈ ਜਦਨ ਉਹ ਯੋਧਿਆ ਰਾਮ ਮੰਦਰ ਦਾ ਉਦਘਾਟਨ ਕੀਤਾ ਉਹਨਾਂ ਨੇ ਕਿਹਾ ਸੀ ਕਿ 1 ਕਰੋੜ ਘਰਾਂ ਦੀਆਂ ਛੱਤਾਂ ਤੇ ਸੋਲਰ ਪੈਨਲ ਲਗਾਏ ਜਾਣਗੇ ਠੀਕ ਹੈ ਤਾਂ ਉਹ ਸੋਲਰ ਪੈਨਲ ਜਿਹੜੇ ਲਗਾਏ ਜਾਂਦੇ ਆ ਉਹ ਤੁਹਾਨੂੰ ਪਤਾ ਜ਼ਮੀਨ ਤੋਂ ਥੋੜੇ ਜਿਹੀ ਉੱਪਰ ਲਗਾਏ ਜਾਂਦੇ ਆ ਤੇ ਇੱਕ ਚਿੜੀ ਦੀ ਪ੍ਰਜਾਤੀ ਆ ਜਿਹੜੀ ਤੁਸੀਂ ਇਮੇਜ ਦੇ ਵਿੱਚ ਦੇਖ ਸਕਦੇ ਹੋ ਬਸਟਰਡ ਤੇ ਇਹ ਸੋਲਰ ਪੈਨਲ ਦੀ ਲਾਈਨ ਆ ਜਿਹੜੀ ਜ਼ਮੀਨ ਤੋਂ ਘੱਟ ਉਚਾਈ ਤੇ ਵਿਛਾਈ ਜਾਂਦੀ ਹੈ ਜਿਸ ਨਾਲ ਬਹੁਤ ਸਾਰੀਆਂ ਚਿੜੀਆਂ ਮਾਂ ਜਿਹੜੀਆਂ ਇਹਦੇ ਵਿੱਚ ਫਸ ਜਾਂਦੀਆਂ ਤੇ ਉਹਨਾਂ ਦੀ ਡੈਥ ਹੋ ਜਾਂਦੀ ਆ ਤੇ IUCN ਦੀ ਰੈੱਡ ਟਾਟਾ ਬੁੱਕ ਆ ਇਹਦੇ ਵਿੱਚ ਵੀ ਇਹ ਪ੍ਰਜਾਤੀ ਐਡ ਆ ਜਾਨੀ ਕਿ ਲੁप्त ਹੋਣ ਦੀ ਕੰਗਾਰਤੇ ਆ ਇਸ ਦੀ ਸੁਰੱਖਿਆ ਤੇ ਜ਼ੋਰ ਦੇਣ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਵਾ ਬੇ ਦੀ ਸੁਰੱਖਿਆ ਤੇ ਜ਼ੋਰ ਦੇਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਵਾ ਠੀਕ ਹੈ ਤੇ ਇਸ ਕਮੇਟੀ ਨੂੰ ਰਿਪੋਰਟ ਦੇਣੀ ਆ ਕਿ ਸੋਲਰ ਪੈਨਲ ਦਾ ਜਿਹੜਾ ਕੰਮ ਚੱਲ ਰਿਹਾ ਵਾ ਇਸ ਦੀ ਵਜ੍ਹਾ ਕਰਕੇ ਪ੍ਰਜਾਤੀ ਦੀ ਡੈਥ ਨਹੀਂ ਹੋਊਗੀ ਤੇ ਇਹ ਰਾਜਸਥਾਨ ਦਾ ਰਾਸ਼ਟਰੀ ਪੰਛੀ ਵੀ ਆ ਬਸਟਰਡ ਠੀਕ ਹੈ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਸ ਕਮੇਟੀ ਦੀ ਪ੍ਰਧਾਨਗੀ ਦਿੱਤੀ ਗਈ ਆ ਸਾਡੇ ਭਾਰਤ ਦੇ ਮੁੱਖ ਜੱਜ ਜਸਟਿਸ ਡੀ.ਵਾਈ ਚੰਦਰ ਚੋੜ ਨੂੰ ਵੈਰੀ ਵੈਰੀ ਇੰਪੋਰਟੈਂਟ ਹੈ ਠੀਕ ਹੈ ਇਸ ਕਮੇਟੀ ਦੇ ਵਿੱਚ ਤਿੰਨ ਮੈਂਬਰ ਆ ਨੈਕਸਟ ਹੈ ਹਾਲ ਹੀ ਵਿੱਚ ਗਣਿਤ ਦਾ ਨੋਵਲ ਅਵਾਰਡ 2024 ਕਿਸ ਨੂੰ ਦਿੱਤਾ ਗਿਆ ਹਾਂਜੀ ਗਣਿਤ ਦਾ ਨੋਵਲ ਅਵਾਰਡ ਇਹਨੂੰ ਐਬਲ ਅਵਾਰਡ ਵੀ ਬੋਲ ਦਿੰਦੇ ਆ ਤੇ ਗਣਿਤ ਦਾ ਨੋਵਲ ਅਵਾਰਡ 2024 ਜਿਹੜਾ ਇਹ ਮਿਲਿਆ ਮਿਸ਼ੇਲ ਟੈਲਾਗ੍ਰੈਂਡ ਨੂੰ অপਸ਼ਨ ਏ ਇਜ਼ ਦਾ ਰਾਈਟ ਆਨਸਰ ਤੇ ਗਣਿਤ ਦਾ ਨੋਵਲ ਅਵਾਰਡ ਆ ਮਿਸ਼ੇਲ ਟੈਲਾਗ੍ਰੈਂਡ ਨੂੰ ਮਿਲਿਆ ਦੇਖ ਸਕਦੇ ਹੋ ਤੁਸੀਂ ਐਮਐਸ ਦੇ ਵਿੱਚ ਵੀ ਇਹ ਫਰਾਂਸੀਸੀ ਗਣਿਤ ਵਿਗਿਆਨੀ ਆ ਤੇ ਇਹ ਓਵਰਆਲ ਜੇ ਗੱਲ ਕਰੀਏ ਪੂਰੇ ਭਾਰਤ ਦੀ ਤਾਂ 27ਵੇਂ ਵਿਗਿਆਨੀ ਆ ਜਿਨ੍ਹਾਂ ਨੂੰ ਗਨਿਤ ਦਾ ਨੋਵਲ ਅਵਾਰਡ ਮਿਲਿਆ ਵਾ ਪਰ ਪੰਜਵੇਂ ਫਰਾਂਸੀਸੀ ਆ ਜਿਨ੍ਹਾਂ ਨੂੰ ਗਨਿਤ ਦਾ ਨੋਵਲ ਅਵਾਰਡ ਮਿਲਿਆ ਠੀਕ ਹੈ ਪੰਜਵੇਂ ਨੰਬਰ ਦੇ ਫਰਾਂਸੀਸੀ ਵਿਗਿਆਨੀ ਆ ਤੇ ਓਵਰਆਲ ਦੇਖੀਏ ਤਾਂ 27ਵੇਂ ਨੰਬਰ ਤੇ ਆ ਪੂਰੇ ਭਾਰਤ ਚੋਂ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਅਪਾਹਜ ਵਿਅਕਤੀਆਂ ਲਈ ਸਖਸ਼ਮ ਐਪ ਲਾਂਚ ਕੀਤੀ ਹਾਂਜੀ ਸਖਸ਼ਮ ਐਪ ਤੁਹਾਨੂੰ ਇਹ ਵੀ ਆ ਸਕਦਾ ਕਿ ਚੋਣ ਆਯੋਗ ਨੇ ਅਪਾਹਜ ਵਿਅਕਤੀਆਂ ਦੇ ਲਈ ਕਿਹੜੀ ਐਪ ਲਾਂਚ ਕੀਤੀ ਆ ਸਖਸ਼ਮ ਐਪ ਲਾਂਚ ਕੀਤੀ ਆ ਦੇਖੋ ਜਿਹੜੇ 85 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀ ਆ ਤੇ ਅਪਾਹਜ ਆ ਉਹ ਘਰ ਤੋਂ ਹੀ ਵੋਟ ਪਾ ਸਕਣਗੇ ਇਸ ਐਪ ਦੇ ਤਹਿਤ ਠੀਕ ਹੈ ਇਸ ਐਪ ਦੇ ਨਾਲ ਸਖਸ਼ਮ ਐਪ ਹੈ ਜੋਨ ਆਯੋਗ ਨੇ ਲਾਂਚ ਕੀਤੀ ਆ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਤੇ ਚੀਫ ਆਫ ਇਲੈਕਸ਼ਨ ਕਮਿਸ਼ਨ ਕੌਣ ਆ ਮੈਂ ਇਸ ਵੀਡੀਓ ਦੇ ਵਿੱਚ ਦੋ ਵਾਰ ਦੱਸਤਾ ਤੇ ਹੁਣ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਇਲੈਕਸ਼ਨ ਕਮਿਸ਼ਨ ਕੌਣ ਆ ਸਾਡੇ ਚੀਫ ਆਫ ਨੈਕਸਟ ਹੈ ਹਾਲ ਹੀ ਵਿੱਚ ਚੰ드ਰੀਅਨ 3 ਲੈਂਡਿੰਗ ਸਾਈਟ ਨੂੰ ਅੰਤਰਰਾਸ਼ਟਰੀ ਖਗੋਲ ਵਿਗਿਆਨ ਦੁਆਰਾ ਮਾਨਤਾ ਦਿੱਤੀ ਗਈ ਹੈ ਇਸ ਦਾ ਨਾਮ ਕੀ ਹੈ ਜਿਵੇਂ ਕਿ ਤੁਹਾਨੂੰ ਪਤਾ 14 ਜੁਲਾਈ 2023 ਨੂੰ 14 ਜੁਲਾਈ 2023 ਨੂੰ ਚੰ드ਰੀਅਨ 3 ਹੈ ਜਿਹੜਾ ਇਹ ਲਾਂਚ ਕੀਤਾ ਗਿਆ ਸੀ ਸਫਲਤਾਪੂਰਵਕ ਲਾਂਚ ਹੋਇਆ ਤੇ ਦੱਖਣੀ ਧਰੁਵ ਤੇ ਉਤਰਿਆ ਸੀਗਾ ਇਹ ਚੰਦ ਦੇ ਦੱਖਣੀ ਧਰੁਵ ਤੇ 27 ਅਗਸਤ 2023 ਨੂੰ ਤੇ ਜਿਹੜੀ ਜਗ੍ਹਾ ਤੇ ਉੱਤਰਿਆ ਸੀ ਜਿਹੜੇ ਪੁਆਇੰਟ ਤੇ ਉੱਤਰਿਆ ਸੀ ਉਸ ਪੁਆਇੰਟ ਨੂੰ ਨਾਮ ਦਿੱਤਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸ਼ਿਵ ਸ਼ਕਤੀ ਤੇ ਹੁਣ ਇਸ ਨੂੰ ਰੀਸੈਂਟਲੀ ਰਾਸ਼ਟਰੀ ਮਾਨਤਾ ਮਿਲ ਚੁੱਕੀ ਆ ਅੰਤਰਰਾਸ਼ਟਰੀ ਅੰਤਰਰਾਸ਼ਟਰੀ ਮਾਨਤਾ ਮਿਲਿਆਸ ਪੁਆਇੰਟ ਨੂੰ ਤੇ ਇਹਨੂੰ ਅੰਤਰਰਾਸ਼ਟਰੀ ਖਗੋਲ ਸੰਗ ਦੁਆਰਾ ਮਾਨਤਾ ਦਿੱਤੀ ਗਈ ਆ ਤੇ ਇਹ ਮਾਨਤਾ ਤੋਂ ਬਾਅਦ ਇਹਦਾ ਨਾਮ ਰੱਖਿਆ ਗਿਆ ਵਾ ਹੁਣ ਐਸਟੀਓ ਸ਼ਿਵ ਸ਼ਕਤੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਕਿਸ ਟੀਮ ਨੇ ਹਾਲ ਹੀ ਵਿੱਚ ਬਾਕਸਿੰਗ ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤੇ ਆ ਹਾਂਜੀ ਬਾਕਸਿੰਗ ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤੇ ਆ ਹਰਿਆਣਾ ਦੀ ਟੀਮ ਨੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਚੋਣ ਕਮਿਸ਼ਨ ਦੁਆਰਾ ਚੋਣ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਹਾਲ ਹੀ ਵਿੱਚ ਕਿਹੜੀ ਐਪ ਲਾਂਚ ਕੀਤੀ ਗਈ ਹਾਂਜੀ ਚੋਣ ਕਮਿਸ਼ਨਰ ਦੁਆਰਾ ਪ੍ਰਕਿਰਿਆ ਦੀ ਨਿਗਰਾਨੀ ਕਰਨ ਦੇ ਲਈ ਚੋਣ ਪ੍ਰਕਿਰਿਆ ਦੀ ਨਿਗਰਾਨੀ ਕਰਨ ਦੇ ਲਈ ਇੱਕ ਐਪ ਲਾਂਚ ਕੀਤੀ ਗਈ ਹੈ ਜਿਸ ਦਾ ਨਾਮ ਹੈ ਸ਼ੀਵ ਵਿਗਿਲ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਸ਼ੀਵ ਵਿਗਿਲ ਜੇ ਇਹਦੇ ਵਿੱਚ ਕੀ ਹੈ ਇਸ ਪ੍ਰਕਿਰਿਆ ਦੇ ਵਿੱਚ ਕੀ ਆ ਜਿਹੜੀ ਸ਼ੀਵ ਵਿਗਿਲ ਲਾਂਚ ਕੀਤੀ ਗਈ ਹੈ ਜੇਕਰ ਕੋਈ ਵੀ ਚੋਣ ਪ੍ਰਕਿਰਿਆ ਦੇ ਨਾਲ ਸੰਬੰਧਿਤ ਨਿਯਮਾਂ ਦਾ ਉਲੰਘਣ ਕਰਦਾ ਵਾ ਤਾਂ ਕੋਈ ਵੀ ਵਿਅਕਤੀ ਇਸ ਐਪ ਦੇ ਥਰੂ ਕੰਪਲੇਂਟ ਕਰ ਸਕਦਾ ਤੇ ਚੋਣਾ ਯੋਗ ਨੇ ਗਾਰੰਟੀ ਦਿੱਤੀ ਹੈ ਕਿ 100 ਮਿੰਟ ਦੇ ਅੰਦਰ ਇਸ ਤੇ ਐਕਸ਼ਨ ਹੋਵੇਗਾ ਠੀਕ ਹੈ ਤੇ ਸਾਡੇ ਚੀਫ ਆਫ ਇਲੈਕਸ਼ਨ ਕਮਿਸ਼ਨਰ ਅ राजीव ਕੁਮਾਰ ਇਹ ਤਾਂ ਮੈਂ ਤੁਹਾਨੂੰ ਹੁਣ ਤੱਕ ਦੋ ਤਿੰਨ ਵਾਰ ਦੱਸਤਾ राजीव ਕੁਮਾਰ ਪਰ ਕਿੰਵੇਂ ਨੰਬਰ ਦੇ ਆ ਇਹ ਜਿਆਦਾ ਇੰਪੋਰਟੈਂਟ ਆ ਹੁਣ ਤੁਹਾਡੇ ਲਈ 25ਵੇਂ ਨੰਬਰ ਦੇ ਆ ਠੀਕ ਹੈ 25ਵੇਂ ਨੰਬਰ ਦੇ ਆ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਹਾਲ ਹੀ ਵਿੱਚ ਸਟਾਰਟ 2024 ਪ੍ਰੋਗਰਾਮ ਕੌਣ ਸ਼ੁਰੂ ਕਰੇਗਾ ਹਾਂਜੀ ਸਟਾਰਟ 2024 ਪ੍ਰੋਗਰਾਮ ਸ਼ੁਰੂ ਕੀਤਾ ਇਸਰੋ ਨੇ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਜੂਜੀ ਤੇ ਪੀਜੀ ਦੇ ਵਿਦਿਆਰਥੀਆਂ ਦੇ ਲਈ ਕੀਤਾ ਗਿਆ ਵਾ ਇਸਰੋ ਦੀ ਗੱਲ ਕਰ ਰਹੀਆਂ ਇਸਰੋ ਦੀ ਸਪੇਸ ਏਜੰਸੀ ਆ ਭਾਰਤ ਦੀ ਸਪੇਸ ਏਜੰਸੀ ਆ ਇਸਰੋ ਇਸ ਦੀ ਫੁੱਲ ਫਾਰਮ ਆ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਜਿਸ ਦੀ ਸਥਾਪਨਾ 1969 ਦੇ ਵਿੱਚ ਹੋਈ ਹੈਡ ਕੁਆਰਟਰ ਬੰਗਲੌਰ ਦੇ ਵਿੱਚ ਹੈ ਪ੍ਰੈਸੈਂਟ ਇਜ਼ ਦੀ ਚੇਅਰਮੈਨ ਐਸ ਸੋਮਨਾਥ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ